আসসালামু আলাইকুম রাহমাতুল্লাহি ওয়া বারাকাতু জি দোস্তো কি हाल এ ডক্টর বশীর ফয়জ আসদি বশীর ফয়জ অফিশিয়াল ইউটিউব চ্যানেল ਤੁਹਾਡੇ خدمت এ দোস্তো আজ ਮੇਰੀ ਇਸ ਵੀਡੀਓ ਦਾ ਹਿੱਸਾ ਬਣਨ ਲੱਗੀਏ ਪੰਜਾਬੀ ਅਦਬ ਦਾ ਬਹੁਤ ਖੂਬਸੂਰਤ ਨਾਮ ਔਰ ਇੱਕ ਗਲਬੜੀ ਖੁਸ਼ ਅਸਲੂਬ ਔਰ ਖੁਸ਼ ਆਇਂਦਾ ਹੈ ਕਿ ਜਿੱਥੇ ਉਰਦੂ ਜ਼ਬਾਨ ਨੂੰ ਸ਼ਾਇਰਾਤ ਯਾਨੀ ਫੀਮੇਲ ਜਾਂ ਲੇਡੀਜ਼ ਨੇ ਸ਼ਾਇਰੀ ਦੇ ਬੰਡਾਰੇ ਚ ਹਿੱਸਾ ਪਾਇਆ ਉੱਥੇ ਪੰਜਾਬੀ ਅਦਬ ਵਿੱਚ ਵੀ ਸਾਡੀਆਂ ਇਹ ਮਸਮਾਤ ਨੇ ਬਹੁਤ ਜ਼ਿਆਦਾ ਅੱਛਾ ਕੰਮ ਕੀਤਾ ਹੈ ਕੰਮ ਕਰ ਰਹੀਆਂ ਨੇ ਬੜਾ ਭਰਪੂਰ ਸਲੈਰੀਆਂ ਨੇ ਤੇ ਚੁਕੇ ਮੈਂ ਕਿਤਾਬਾਂ ਦਾ ਤਾਰਫ ਕਰਵਾਉਣਾ ਜਿਹੜੀਆਂ ਮੇਰੇ ਕੋਲ ਮੌਜੂਦ ਹੋਣ ਹੁੰਦਾ ਇਸ ਰਹਿ ਰਿਹਾ ਕਿ ਮੈਂ ਜਦੋਂ ਵੀ ਕਿਸੇ ਦੋਸਤ ਨੂੰ ਮਿਲਣ ਜਾਣਾ ਮੁਸ਼ਾਇਰੇ ਤੇ ਜਾਣਾ ਜਾਂ ਕਿਸੇ ਦੋਸਤ ਨੇ ਆਣਾ ਜਾਂ ਕਿਸੇ ਤਕਰੀਬ ਵਿੱਚ ਮੈਨੂੰ ਕਿਤਾਬਾਂ ਮਿਲਦੀਆਂ ਰਹੀਆਂ ਔਰ ਮੈਂ ਆਪਣੀ ਉਹਨੂੰ छोटी जी एक लाइब्रेरी का हिस्सा वह भी इस तरह के रख दी संभाल के वो कई बड़िया बड़िया पुरानी भी, भी साल पुरानी किताबा मेरे को मौजूद हैं तो चूँकि सिलसिला किताबों के तारफ का शुरू किया जी सामने किताब आ जाए अज मेरे सामने एक एक ऐसी किताब है जो मैं थोड़ा तारफ कराने लगा चो कलाम सुना लगा किताब का नाम है शामा पै गईं सदफ गौरी साहब ने सदफ गौरी साहब ने खातून ने माशाला अपने तरीके उन्हें बहुत अच्छा लिखे है मैं इन शाला तला खूबसूरत समातं के हवाले कर सताब का नाम दस चुक मुख वर्क वेखो पुष्ट मसमात की तस्वीर और कुछ शेर लिखे हुए ने मैं अगे बदना इन्हों ज फ्रंट पेज है किताब का किताब का नाम दस चुके हैं शामा पै गई शायरा सदफ गौरी साहबा जेरेमाम तलु अशक पब्लीकेशनज छप्पन वरिया दो हज़ार चौदह और इंतसाब कीता है माहनामा तलु इश्क दे चीफ एडिटर जनाब राय आबिद अली साहब के नाम माशाला बहुत अच्छा अंदाज है मैं बिला तमहीद इन की मतलब जिंदगी गल की जाए अदब गल की जाए इस तो बेहतर है कि मुख्तिर तारुफ और चंद गज़ल नज़मा या जो भी चूँकि इन्होंने नज़मा भी शामिल की माहिए भी शामिल किए ने गजल् भी शामिल हैं गीत भी शामिल हैं तो मेरा इंतखाब जोड़ा होया मैं जो तुम सुना चाहता वो एक गज़ल टुरेसां कंद वांगर हंस वाली टोर नी माए ਟੁਰੇ ਸਾ ਕਾਂ ਦੇ ਵਾਂਗਰ ਹੰਸ ਵਾਲੀ ਟੋਰਨੀ ਮਾਏ ਅਸੀਂ ਕੁਝ ਹੋ ਗਏ ਆ ਹੋਰ ਦੇ ਹੋਰ ਨਹੀਂ ਮਾਏ ਅਸੀਂ ਕੁਝ ਹੋ ਗਏ ਆ ਹੋਰ ਦੇ ਹੋਰ ਨਹੀਂ ਮਾਏ ਦਿਨੇ ਰਾਤੀ ਓਂਗਲਾਂ ਤੇ ਨਚਾਂਦਾ ਨਾਚ ਹੈ ਸਾਨੂੰ ਕਿਸੇ ਦੇ ਹੱਥ ਵਿੱਚ ਹੁਣ ਹੈ ਸਾਡੀ ਡੋਰ ਨਹੀਂ ਮਾਏ ਕਿਸੇ ਦੇ ਹੱਥ ਵਿੱਚ ਹੁਣ ਹੈ ਸਾਡੀ ਡੋਰ ਨਹੀਂ ਮਾਏ ਲਗਾਵੇ ਕਿੰਜ ਕੋਈ ਮਰਹਮ ਜਿਵੇਂ ਬੰਨੇ ਕੋਈ ਪਟੀਆਂ ਤੇ ਜ਼ਖਮੀ ਹੋ ਗਏ ਇੱਕ ਇੱਕ ਅਸਾਡੀ ਪੂਰਨੀ ਮਾਏ ਚੁਫੇਰੇ ਵਸਤੀਆਂ ਸਾਂਝਾਂ ਸਾਨੂੰ ਖਾਣ ਨੂੰ ਆਵਣ ਚੁਫੇਰੇ ਵਸਤੀਆਂ ਸਾਂਝਾਂ ਸਾਨੂੰ ਖਾਣ ਨੂੰ ਆਵਣ ਇਹ ਆਲੀ ਸ਼ਾਨ ਘਰ ਵੀ ਜਾਪਦਾ ਹੁਣ ਗੋਰਨੀ ਮਾਏ ਕਿਸੇ ਸ਼ਾਇ ਵਸਤ ਤੂੰ ਰਖੀਏ ਲੁਕਾ ਕੇ ਕਿਸ ਖੁੰਝੇ ਵਿੱਚ ਕਿ ਬਣਦੇ ਸਾਥ ਵੀ ਜਾਂਦੇ ਹੁਣ ਤੇ ਚੋਰਨੀ ਮਾਏ ਰਿਵਾਜ ਹੋਵੇ ਉਹਨਾਂ ਸ਼ਹਿਰਾਂ ਦੇ ਵਿੱਚ ਕਿਵੇਂ ਨਾ ਹਿਜਰਤ ਦਾ ਜਿਨ੍ਹਾਂ ਸ਼ਹਿਰਾਂ ਦੇ ਹਾਕਮ ਹੋਣ ਰਿਸ਼ਵਤ ਖੋਰਨੀ ਮਾਏ ਜਿਨ੍ਹਾਂ ਸ਼ਹਿਰਾਂ ਦੇ ਹਾਕਮ ਹੋਣ ਰਿਸ਼ਵਤ ਖੋਰਨੀ ਮਾਏ ਟੁਰੇ ਸਾ ਕਾਂ ਦੇ ਵਾਂਗਰ ਹੰਸ ਵਾਲੀ ਟੋਰਨੀ ਮਾਏ ਅਸੀਂ ਕੁਝ ਹੋ ਗਏ ਆ ਹੋਰ ਦੇ ਹੋਰ ਨਹੀਂ ਮਾਏ ਇੱਕ ਹੋਰ ਗਜ਼ਲ ਮੋਤਰਮਾ ਫਰਮਾਂਦੇ ਨੇ ਮੈਨੂੰ ਕੱਲਿਆਂ ਕਰਕੇ ਛੱਡ ਗਿਓ ਮੈਨੂੰ ਕੱਲਿਆਂ ਕਰਕੇ ਛੱਡ ਗਿਓ ਮਨ ਜਲਿਆਂ ਕਰਕੇ ਛੱਡ ਗਿਓ ਮੈਂ ਰੋਂਦੀ ਰਹਗੀ ਰਾਤਾਂ ਨੂੰ ਮੈਂ ਰੋਂਦੀ ਰਹਗੀ ਰਾਤਾਂ ਨੂੰ ਅਧਮੋਹਾਂ ਕਰਕੇ ਛੱਡ ਗਿਓ ਜੇ ਕਰਨਾ ਨਹੀਂ ਸੀ ਪਿਆਰ ਵੀ ਤੂੰ ਜੇ ਕਰਨਾ ਨਹੀਂ ਸੀ ਪਿਆਰ ਵੀ ਤੂੰ ਮਿੱਟੀ ਰੋਲਿਆਂ ਕਰਕੇ ਛੱਡ ਗਿਓ ਤੈਨੂੰ ਵਾਸਤੇ ਦੇਦੇ ਸ਼ਾਮ ਪਈ ਅਣ ਸੁਣਿਆ ਕਰਕੇ ਛੱਡ ਗਿਓ ਬੜਾ ਮਾਣ ਤੇਰੇ ਤੇ ਕਰਦੀ ਸਾ ਕੱਖੂ ਹੌਲਿਆਂ ਕਰਕੇ ਛੱਡ ਗਿਓ ਅਸੀਂ ਦਿਲ ਰੱਖਿਆ ਸੀ ਚਾਨਣ ਲਈ ਅਸੀਂ ਦਿਲ ਰੱਖਿਆ ਸੀ ਚਾਨਣ ਲਈ ਅਣ ਵੇਖਿਆ ਕਰਕੇ ਛੋੜ ਗਿਓ ਫਟ ਰੋ ਰੋ ਸਦਫ ਦੇ ਕਿੰਜ ਬੋਲਣ ਫਟ ਰੋ ਰੋ ਸਦਫ ਦੇ ਕਿੰਜ ਬੋਲਣ ਗੁੰਗੀਆਂ ਬੋਲੀਆਂ ਕਰਕੇ ਛੱਡ ਗਿਓ ਗੁੰਗੀਆਂ ਬੋਲੀਆਂ ਕਰਕੇ ਛੱਡ ਗਿਓ ਗੁੰਗੀਆਂ ਬੋਲੀਆਂ ਕਰਕੇ ਛੱਡ ਗਿਓ ਮੈਨੂੰ ਕਲਿਆਂ ਕਰਕੇ ਛੱਡ ਗਿਓ ਮਨ ਝੱਲਿਆਂ ਕਰਕੇ ਛੱਡ ਗਿਓ ਵਾ 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 ਨਾਲ ਹੀ ਇੱਕ ਹੋਰ ਖੂਬਸੂਰਤ ਗਜ਼ਲ ਕਿ ਹੰਝੂ ਵਗਦੇ ਮੇਰਾ ਗਹਿਣਾ ਏ ਹੰਝੂ ਵਗਦੇ ਮੇਰਾ ਗਹਿਣਾ ਏ ਅਸੀਂ ਕੱਲਿਆਂ ਦੁੱਖੜਾ ਸਹਿਣਾ ਏ ਹੰਝੂ ਵਗਦੇ ਮੇਰਾ ਗਹਿਣਾ ਏ ਅਸੀਂ ਕੱਲਿਆਂ ਦੁੱਖੜਾ ਸਹਿਣਾ ਏ ਕਹਾਣੀ ਪਿਆਰ ਦੀ ਪਿਆਰ ਨਾਲ ਸਜਦੀ ਏ ਕਹਾਣੀ ਪਿਆਰ ਦੀ ਪਿਆਰ ਨਾਲ ਸਜਦੀ ਏ ਇਹ ਬੋਝ ਵੀ ਕੱਲਿਆਂ ਚੁਕਣਾ ਏ ਲੋਕੀ ਰੋਜ਼ ਰੋਜ਼ ਮੈਨੂੰ ਪੁੱਛਦੇ ਨੇ ਉਹ ਸਰ ਜਾਈ ਨੇ ਹੁਣ ਕਦ ਆਣਾ ਏ ਸਦਫ ਬੋਲਣੀ ਏ ਤੇ ਸੋਚ ਜ਼ਰਾ ਉਨੂੰ ਬੇਵਫਾ ਸਭ ਨੇ ਕਹਿਣਾ ਏ ਇਹ ਸੋਚ ਕੇ ਥਰੂ ਪੁੰਝ ਲਈਏ ਤੇਰੇ ਪਿਆਰ ਦਾ ਭਰਮ ਰਖਣਾ ਏ ਤੇਰੇ ਪਿਆਰ ਦਾ ਭਰਮ ਰਖਣਾ ਏ ਹੰਝੂ ਵਗਦੇ ਮੇਰਾ ਗਹਿਣਾ ਏ ਅਸੀਂ ਕੱਲਿਆਂ ਦੁਖੜਾ ਸਹਿਣਾ ਏ ਵਾਹ ਦੋਸਤੋ ਆਪਣੇ ਵੀ ਡਾਕਟਰ ਬशीर ਫੈਜ਼ਾਸਦੀ ਨੂੰ ਵੀ ਦੱਸ ਦਿੰਦੋ ਇਨਸ਼ਾਅੱਲਾ ਅਗਲੀ ਵੀਡੀਓ ਵਿੱਚ ਮੁਲਾਕਾਤ ਕਰਨੇ ਆ ਉਸ ਵੇਲੇ ਤੱਕ ਗੱਜ ਕੇ ਨਾਰਾ ਮਾਰੋ ਜੋਗ-ਜੋਗ ਜੀਵੇ ਪਾਕਿਸਤਾਨ ਵਸੇ ਮੇਰਾ ਸੋਹਣਾ ਦੇਸ਼ ਪੰਜਾਬ ਤੇ ਜੀਣ ਪੰਜਾਬੀ ਬਾਤ ਸ਼ੁਕਰੀਆ ਅੱਲਾ ਹਾਫਿਜ਼